ਆਈਆ ਨਹੀਂ ਰਿਸਾ ਨੌਜਵਾਨਾਂ ਦੀਆਂ ਤੇ ਮੱਝਾਂ ਸਾਲ ਸਾਲ ਚੁੰਗੀਆਂ ਨੇ ਬੂਰੀਆਂ ਮਾਲੇ ਕੁੱਟ ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਗੇੜਾ ਐ ਮੇਰੀ ਤਰੀਫਾਂ ਹੁੰਦੀਆਂ ਲਵਲੀ ਆਖਿਆ ਇਸ ਨੂੰ ਇਹ ਆਪਣੇ ਦਾ ਸਿੱਖ ਭੀਮੇ ਦਾ ਸਪੁੱਤਰ ਲਵਲੀ ਸਹੇੜੀ ਵਾਂ ਪਰ ਨਹੀਂ ਰੱਖ ਸਕਿਆ ਜਦ ਵੀ ਨੌਜਵਾਨਾਂ ਮਾਰਾ ਤਰਕੀ ਕਬੱਡੀ ਲੋਕ ਮਨਵਿੰਦਰ ਆਖਿਆ ਸਲਾਮਾਂ ਦੀ ਤਸਵੀਰਾਂ ਵਰਲਡ ਕੱਪ ਖੇਡਿਆ ਹੋਇਆ ਨੌਜਵਾਨ ਇੱਕ ਵਾਰ ਤਾਲੀ ਰੱਬ ਦੱਸੋ ਐਸ ਵੇਲੇ ਤੁਹਾਡੇ ਇਲਾਕੇ ਦਾ ਮਾਣ ਪਰ ਉਧਰ ਵੇਖਦਾ ਵੀ ਡਬਲ ਮੱਚ ਦਾ ਇਸ਼ਾਰਾ ਹੋ ਗਿਆ ਉਹ ਐ ਜਿਹੜਾ ਐਸ ਕਬਲ ਦੇ ਹਿੱਸੇ ਜਾ ਕਰਿਆ ਚੱਲ ਵੀ ਨੌਜਵਾਨਾਂ ਲੋਕ ਸੈਣੀ ਆਖਿਆ ਇਸ ਨੌਜਵਾਨ ਨੂੰ ਫਕਰ ਦੇ ਨਵੀਂ ਧਰਤੀ ਦਾ ਨੌਜਵਾਨ ਫਿਰ ਮੈਦਾਨ ਦੇ ਵਿੱਚ ਧਰਤੀ ਵਾਂਗੂ ਟੇਕ ਮੱਥਾ ਕਬੱਡੀ ਬੰਨ ਕੇ ਹੈ ਉਧਰ ਚਾਰ ਕਬਲੂ ਖੜੇ ਹੈ ਵੇਖਦਾ ਕਿਹਦੇ ਨਾਲ ਹੱਥ ਜੋੜੀਆਂ ਹੁੰਦੀਆਂ ਨਹੀਂ ਰੀਸਾਂ ਨੌਜਵਾਨਾਂ ਦੀਆਂ ਵਾਕੇ ਇੱਕ ਪਾਸੇ ਰੋਪੜ ਦੇ ਚੋਪਰ ਪਰ ਆ ਕਹਿੰਦੇ ਚੋਪਰ ਜਿਹੜੇ ਮਾਨਸੇ ਦੀ ਧਰਤੀ ਦਾ ਜਿਹੜਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕੇ ਹੈ ਨਹੀਂ ਰੀਸਾਂ ਨੌਜਵਾਨ ਦੀਆਂ ਇਹ ਅਸਿਕ ਸਰਦਾਰ ਕੁਲਦੀਪ ਆਖਿਆ ਨਖਮਲ ਪ੍ਰਤੀ ਧਰਤੀ ਨਖਮਲ ਪ੍ਰਤੀ ਧਰਤੀ ਇਹ ਪਰ ਨਹੀਂ ਰੱਖ ਸਕਿਆ ਨੌਜਵਾਨ ਲਵ ਸੰਦੀਪ ਵਦੇਸ਼ਾਂ ਦੀ ਧਰਤੀ ਖੇਡ ਮੈਦਾਨ ਦੇ ਵਿੱਚ ਸੰਦੀਪ ਵਦੇਸ਼ਾਂ ਅਗਲੀ ਕਬੱਡੀ ਪਾ ਚੁੱਕੇ ਹੈ ਉਧਰ ਕਿਉਂ ਜਾਣੇ ਦੀ ਚਾਹਨਾ ਨਹੀਂ ਰੀਸਾ ਨੌਜਵਾਨਾਂ ਦੀਆਂ ਇੱਕ ਪਾਸੇ ਹਿਦਾਏ ਇੱਕ ਪਾਸੇ ਗੁਰਪ੍ਰੀਤ ਹੈ ਪਰ ਨਾਲ ਹੀ ਆਪਾਂ ਵੇਖਦੇ ਆ ਵੀ ਨਹੀਂ ਰੀਸਾ ਨੌਜਵਾਨ ਦੀਆਂ ਕਿ ਨਹੀਂ ਰੱਖ ਸਕਿਆ ਬਾਜੀ ਬਾਜੀ ਨਹੀਂ ਰੱਖ ਸਕਿਆ ਇਸ ਨੌਜਵਾਨ ਨੂੰ ਚੱਲ ਵੀ ਗੱਭਰੂਆ ਪਾਹ ਰਗੀ ਕਬੱਡੀ ਲਓ ਓਮ ਪ੍ਰਕਾਸ਼ ਆਖਦੇ ਨੇ ਜਿਹੜੇ ਮਾਨਸੇ ਦਾ ਨੌਜਵਾਨ ਇਹ ਹੈ ਓਮ ਪ੍ਰਕਾਸ਼ ਜਿਹਨੇ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਈ ਹੈ ਉਧਰ ਚੌਂ ਜਾਣਾ ਵੀ ਚੈਨ ਚੋਂ ਵੇਖਦੇ ਆ ਵੀ ਕੋਈ ਗੱਭਰੂ ਇਹਨੂੰ ਡੱਕਦਾ ਜਾਂ ਨਹੀਂ ਡੱਕਦਾ ਪਰ ਨਾਲ ਹੀ ਗੱਲ ਕਹਿੰਦੇ ਉਧਰ ਕੁਰਸੀਆਂ ਦੀ ਵੀ ਚੱਲਦੀ ਹੈ ਪਰ ਖੇਡ ਮੈਦਾਨ ਦੇ ਵਿੱਚ ਨਹੀਂ ਰਿਸਾ ਐਸ ਵੇਲੇ ਗੱਭਰੂ ਨੇ ਵੱਧ ਕੇ ਟਰਾਈ ਕੀਤੀ ਹੈ ਲਵ ਲਿਆ ਇਹ ਨੌਜਵਾਨ ਇਹ ਹੈ ਸਵਾਗੇ ਬਲਵਿੰਦਰ ਸਿੰਘ ਭੀਮੇ ਦਾ ਸੁਪੁੱਤਰ ਇੱਕ ਵਾਰ ਤਾੜੀਆਂ ਲਾ ਦਿਓ ਅਰੁਪਕੇ ਦਾ ਮਾਂ ਹੈ ਨੌਜਵਾਨ ਇਹ ਹੈ ਰੁਪੜੀਆ ਲਵ ਲਿਆ ਆਖਦੀ ਹੈ ਪਰ ਇਹਨੂੰ ਵਧੀਆ ਦੇ ਸਮਾਨੇ ਦੀ ਤਰਤੀ ਦਾ ਲੱਖੇੜ ਮੈਦਾਨ ਦੇ ਵਿੱਚ ਐਸ ਦੇ ਸਮਾਨੇ ਵਾਲੇ ਬੰਦੇ ਕਬੱਡੀ ਪਾਈ ਹੈ ਖੇਡ ਮੈਦਾਨ ਦੇ ਵਿੱਚ ਚੌਂ ਜਣਿਆਂ ਦੀ ਚੈਨ ਤੇ ਅਗਲਾ ਤਾਵਾ ਬੋਲਿਆ ਨੌਜਵਾਨ ਨੇ ਪਰ ਵੇਖਦਾ ਵੀ ਰੈਫਰੀ ਦਾ ਫੈਸਲਾ ਕੀ ਲੈ ਕਿ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਐਸ ਬੰਦੀ ਨੌਜਵਾਨ ਦੇ ਹਿੱਸੇ ਚੜਿਆ ਚੱਲ ਵੀ ਹਰਦੀਪ ਸਿਆ ਬਾਹਰ ਅਗਲੀ ਕਬੱਡੀ ਇਹ ਰੰਗ ਬਰੰਗੀਆਂ ਪੱਗਾਂ ਸਰਦਾਰੀ ਕੋਲ ਪੰਜਾਬੀਆਂ ਦੇ ਵਿੱਚ ਹਵਾਵਾਂ ਗੁੰਝਣ ਮਿੱਠੜੇ ਬੋਲ ਪੰਜਾਬੀਆਂ ਦੇ ਕਿਤੇ ਪੈਰ ਕਬੱਡੀਆਂ ਕਿਤੇ ਘੋਲ ਪੰਜਾਬੀਆਂ ਦੇ ਇਹ ਆ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਪਰ ਇਹਨੂੰ ਕੁਲਦੀਪ ਆਖ ਰਿਹਾ ਕਹਿੰਦੇ ਵਿਦੇਸ਼ਾਂ ਦੇ ਵਿੱਚ ਜਿਹਨੇ ਵੱਡਾ ਨਾਮਣਾ ਖੱਟਿਆ ਪਰ ਪੁਆਇੰਟ ਆਪਾਂ ਵੇਖਦੇ ਵੀ ਹਰਜੀਤ ਦੇ ਹਿੱਸੇ ਹੈ ਇਹ ਜਿਹੜੇ ਮਾਰਸ ਦੀ ਧਰਤੀ ਦਾ ਹਰਜੀਤ ਇੱਕ ਉੱਤਮ ਅੰਤਰ ਆਪਣੀ ਟੀਮ ਦੇ ਹਿੱਸੇ ਲਈ ਵਾਅਦਾ ਕਰਦਾ ਪਿਆ ਚੱਲ ਵੀ ਪ੍ਰਤੀਕਸ਼ਿਆ ਲੋ ਤਾੜੀਆਂ ਲਾ ਦੋ ਛੋਟੇ ਭੀਮ ਦਾ ਖਿਤਾਬ ਮਿਲਿਆ ਇਸ ਨੌਜਵਾਨ ਨੂੰ ਕਦੇ ਕੈਨੇਡਾ ਦੀ ਧਰਤੀ ਕਦੇ ਇੰਗਲੈਂਡ ਦੀ ਧਰਤੀ ਕਹਿੰਦੇ ਗੱਭਰੂ ਦੀ ਖੇਡ ਹੋਣੀ ਜਾ ਰਹੀ ਹੈ ਇਹ ਰਾਉੜੂ ਮਾਜਰੇ ਦੀ ਧਰਤੀ ਦਾ ਪ੍ਰਤੀਕ ਹੈ ਜਿਹੜਾ ਸ਼ਾਨਦਾਰ ਹੈ ਕਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਚੱਲ ਵੀ ਗੱਭਰੂ ਪਾਸ ਰਹੀ ਕਬੱਡੀ ਵੱਡੇ ਕਰਾਉਣ ਵਾਲਾ ਆਪਣੇ ਲੋਕ ਸੈਂਟ ਫੇਰ ਮੈਦਾਨ ਦੇ ਵਿੱਚ ਅਗਲੀ ਕਬੱਡੀ ਬਚ ਗਿਆ ਸੱਕਰ ਚੜਿਆ ਦੀ ਧਰਤੀ ਦਾ ਇਹ ਨੌਜਵਾਨ ਐਸ ਵੇਲੇ ਮੈਦਾਨ ਦੇ ਵਿੱਚ ਜੋ ਜਾਣ ਦੀ ਚੈਨ ਤੇ ਤਾਵਾ ਬੋਲ ਚੁੱਕਿਆ ਕਿ ਧਰਤੀ ਦੇ ਇਸ ਪੰਜਾਬ ਦੀ ਇੱਥੇ ਖੇਡਾਂ ਬੜੀਆਂ ਪਿਆਰੀਆਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਮੱਲਾ ਮਾਰੀਆਂ ਨੇ ਨਹੀਂ ਰੀਸਾ ਇਹ ਹੈ ਮਿੱਟੂ ਬਲੌਂਗੀ ਦਾ ਤੀਜਾ ਚੱਲ ਵੀ ਓਮ ਪ੍ਰਕਾਸ਼ ਪਾਪ ਰੱਖੀ ਕਬੱਡੀ
ਆਜ਼ਾਦੀ ਦੇ ਉਸ ਪੰਜਾਬ ਦੀ ਇਸੇ ਖੇਡਾਂ ਬੜੀਆਂ ਪਿਆਰੀਆਂ ਨੇ ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਮੱਲਾ ਮਾਰੀਆਂ ਨੇ ਕਿ ਜਿੱਤਣ ਦੀ ਸਾਨੂੰ ਤਾਕ ਬੜੀ ਸਾਨੂੰ ਥਾਪ ਸ਼ਹੀਦ ਭਗਤ ਸਿੰਘ ਦੀ ਤਾਂ ਉਹ ਦੁਨੀਆ ਤੇ ਸਰਦਾਰੀਆਂ ਨੇ ਤਾਂ ਉਹ ਦੁਨੀਆ ਤੇ ਸਰਦਾਰੀਆਂ ਨੇ ਪਰ ਇਹਨੂੰ ਐਸ ਵੇਲੇ ਵੇਖਦਾ ਵੀ ਕਲਦੀਪ ਹੈ ਜਿਹਨੇ ਸ਼ਾਨਦਾਰ ਅੰਕੜਾ ਆਪਣੀ ਟੀਮ ਦੇ ਹਿੱਸੇ ਜੋੜਿਆ ਪਰ ਅੱਜ ਕਹਿੰਦੇ ਬਤੌਰ ਕੋਚ ਸਵਾਵਾ ਦੇ ਰਿਹਾ ਦਵਿੰਦਰ ਦਾ ਵੀ ਵੱਡੀ ਜਿਹੜਾ ਮੱਥੇ ਕਬੱਡੀ ਨੂੰ ਇਸ ਨੌਜਵਾਨ ਦੀ ਵੀ ਪਰ ਇਧਰ ਵੇਖਦੇ ਆ ਭਾਈ ਸੰਦੀਪ ਇਸ਼ਾ ਦੀ ਧਰਤੀ ਦਾ ਨੌਜਵਾਨ ਹੈ ਇਹ ਆ ਦਵਿੰਦਰ ਸਿੰਘ ਕੋਚ ਦਾ ਚੰਗਾ ਹੈ ਨੌਜਵਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਕਬੱਡੀ ਮੱਚ ਗਿਆ ਬਸ ਉਹ ਕਹਿੰਦੇ ਇਹਦੇ ਨੇ ਬੱਚੇ ਪਈ ਕੀਤੀ ਹੈ ਨਹੀਂ ਰਿਸਾ ਬੱਚੇ ਫਿਰ ਤੌਰ ਦੱਸੇ ਤੇ ਵੇਖ ਜਾ ਵੀ ਪੁਆਇੰਟ ਸੰਦੀਪ ਪਦੇਸ਼ ਦੇ ਹਿੱਸੇ ਹੈ ਜਿਹੜੇ ਰੋਪੜ ਦੇ ਹਿੱਸੇ ਹੈ ਜਾਨਵੀ ਨੌਜਵਾਨਾ ਲਓ ਹਰਜੀਤ ਕਹਿੰਦੇ ਵਾਸੇ ਖਾਣੇ ਵਾਲੇ ਹਰਜੀਤ ਦੀ ਤੂਤੀ ਬੋਲੀਆਂ ਬੱਤੀਆਂ ਬੱਤੀਆਂ ਮੈਦਾਨਾਂ ਦੇ ਵਿੱਚ ਬਸ ਆ ਹਰਜੀਤ ਕਹਿੰਦੇ ਫੱਕੇ ਤੇ ਲੈਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਚੁੱਕੇ ਹੈ ਜੋ ਜਰੇ ਦੀ ਚੈਨ ਵੇਖਦੇ ਕੌਣ ਗੱਭਰੂ ਐਸ ਗੱਭਰੂ ਨਾਲ ਹੱਥ ਜੋੜੀਆਂ ਕਰਦਾ ਹੈ ਵਿੱਚ ਕਾਰ ਦੇ ਪਾਸੇ ਕਿਤੇ ਆਪਾਂ ਗੱਲ ਕਰੀਏ ਨੌਜਵਾਨ ਕਲਦੀਪ ਦੀ ਇਹ ਨਹੀਂ ਰਿਸਾ ਗੱਭਰੂ ਨੇ ਵੱਧ ਕੇ ਟਰਾਈ ਕੀਤੀ ਹੈ ਇਹ ਹੈ ਪ੍ਰਗਟ ਬਲੌਂਗੀ ਦੀ ਧਰਤੀ ਪਰ ਮੋਹਾਲੀ ਦੇ ਨੇੜੇ ਵਸਦਾ ਨੇ ਕਹਿੰਦਾ ਬਲੌਂਗੀ ਸ਼ਹਿਰ ਬਲੌਂਗੀ ਪੈ ਗਿਆ ਖੇਡ ਮੈਦਾਨ ਦੇ ਵਿੱਚ ਐਸ ਵੇਲੇ ਬੰਦੀ ਬੜੀ ਪਿਆਰੀ ਖੇਡਾਂ ਨੌਜਵਾਨ ਦੀ ਵਧੀਆ ਖੇਡ ਮੈਦਾਨ ਦੇ ਵਿੱਚ ਸਮਾਣੇ ਵਾਲਾ ਬੰਦੀ ਐਸ ਵੇਲੇ ਕਬੱਡੀ ਪਾ ਚੁੱਕੀ ਹੈ ਅੱਛਾ ਅੱਛਾ ਬੜਾ ਵਧੀਆ ਪਰ ਉਹ ਚਾਰ ਗੱਭਰੂ ਜਿਹੜਾ ਮਾਨਸੇ ਦੇ ਖੜੇ ਨੇ ਲੋ ਇਹਦੇ ਨੇ ਬਾਕੇ ਟਰਾਈ ਕੀਤੀ ਹੈ ਬਾਕੇ ਟਰਾਈ ਕੀਤੀ ਹੈ ਇਹਦੇ ਉਹ ਵੇਖ ਤੇਰੇ ਪਾੜੇ ਦੀ ਸਰਹੱਦ ਪਾਰ ਕਰ ਗਿਆ ਨੌਜਵਾਨ ਚੱਲ ਵੀ ਸੈਣੀ ਪਾਸ ਰੱਖ ਲਈ ਕਬੱਡੀ ਲੋ ਕਹਿੰਦੇ ਕੰਘਾੜੇ ਦੇ ਬਾਰਾਂ ਨੌਜਵਾਨ ਦੇ ਉੱਚਾ ਲੰਮਾ ਕੱਦ ਛੱਟਵਾ ਜਾ ਸਰੀਰ ਜੀ ਨੇ ਮੈਦਾਨ 'ਚ ਹੁਣ ਕਬੱਡੀ ਪਾਈ ਹੈ ਬਾਕੀ ਸੈਣੀਆਂ ਕਿ ਤੇਰੇ ਡੌਲੇ ਤੇ ਬੰਨੀ ਹੋਈ ਤਵੀਤੜੀ ਫੱਬਦੀ ਆ ਪਰ ਆਹ ਕਲਦੀਪ ਹੈ ਇਹ ਕਲਦੀਪ ਹੈ ਮਰਿੰਦੇ ਸ਼ਹਿਰ ਦਾ ਮਾਣ ਹੈ ਪਰ ਪੁਆਇੰਟ ਕਹਿੰਦੇ ਸੈਣੀ ਫਕਰ ਦੇ ਕਹਿੰਦੇ ਹਿੱਸੇ ਜਿਹੜਾ ਮਾਨਸਾ ਦੇ ਹਿੱਸੇ ਲਓ ਪਹਿਲੀ ਇਹਦੀ ਵਾਟਰ ਬ੍ਰੇਕ ਹੋ ਚੁੱਕੀ ਹੈ ਤੇ ਨਾਲ ਹੀ ਉੱਧਰ ਆਪਾਂ ਅਨੰਦ ਕੁਰਸੀਆਂ ਦਾ ਵੀ ਲੈਂਦੇ ਜਾਂਦੇ ਆ ਸਰੀਰ ਹੈ ਨੌਜਵਾਨ ਦਾ ਕਿ ਗੁੰਮ ਮੇ ਸਰੀਰਾਂ ਵਾਲੇ ਸਵਾਲੇ ਫਕੀਰਾਂ ਵਾਲੇ
ਬਣ ਗਏ ਨੇ ਹੀਰੇ ਹੈ ਫੇਰ ਸੰਸਾਰ ਦੇ ਜਾਮਾ ਨਾਲ ਵੇਖੋ ਗੁੰਦ ਮੇ ਸਰੀਰ ਨੂੰ ਸ਼ਿੰਗਾਰ ਦੇ ਲਓ ਖੇਡ ਮੈਦਾਨ ਦੇ ਵਿੱਚ ਸ਼ਾਨਦਾਰ ਅੰਕੜਾ ਇਸ ਵੇਲੇ ਨੌਜਵਾਨ ਨੇ ਜੁੜਿਆ ਹੈ ਭਾਜੀ ਟੇਬਲ ਨਾਲ ਲਾਓ ਪਲੀਜ਼ ਲਿਆ ਲਾਓ ਨਾ ਲਓ ਮੈਦਾਨ ਦੇ ਵਿੱਚ ਸੰਦੀਪ ਸਿੰਘ ਪ੍ਰਦੇਸ਼ਾਂ ਦੀ ਧਰਤੀ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਚੁੱਕੀ ਹੈ ਬਹੁਤ ਚਾਹ ਨੌਜਵਾਨਾਂ ਦੀ ਗੱਲ ਕਰੀਏ ਨਹੀਂ ਰਿਸ਼ਾ ਵੇਖ ਰਿਹਾ ਲਓ ਵੱਧ ਕੇ ਟਰਾਈ ਕੀਤੀ ਇਸ ਵੇਲੇ ਨੌਜਵਾਨ ਨੇ ਅੰਬੀ ਅਧਿਆਕਸ ਨੌਜਵਾਨ ਨੂੰ ਜਨੀਬ ਦੀ ਧਰਤੀ ਦਾ ਅੰਬੀ ਵਾ ਕੇ ਕਹਿੰਦੇ ਇਸ ਵੇਲੇ ਗੱਲ ਮੁਸ਼ਕਲ ਬਣਾਤੀ ਰੋਪੜੀ ਇੱਕ ਬੰਦੂ ਰੋਪੜੀ ਲੱਗ ਲਾ ਕੇ ਪੁਆਇੰਟ ਅਜ਼ਰੇ ਕੀਰਤੀ ਧਰਤੀ ਦੇ ਅੰਬੀ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਚੱਲ ਵੀ ਸਹੀਆ ਪਾਸ ਲੱਗੀ ਕਬੱਡੀ ਲੱਖੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਕਹਿੰਦੇ ਸੈਣੀ ਨੇ ਭਾਈਆ ਸੱਜਣ ਕੇ ਡੈਡੀ ਧਰਤੀ ਜਿਹੜਾ ਮਾਰਸਾ ਐਸ ਵੇਲੇ ਆਪਾਂ ਮੈਦਾਨ 'ਚ ਦੇਖ ਲਿਆ ਵੀ ਗੱਭਰੂ ਡਾਕਟਰ ਸਾਹਿਬ ਬੇਨਤੀ ਹੈ ਵੀ ਡਾਕਟਰ ਸੰਜੀਵ ਜੀ ਲੈ ਸ਼ਾਨਦਾਰ ਪੁਆਇੰਟ ਜਿਹੜਾ ਲਵਲੀ ਸਹੇੜੀ ਵਾਲਾ ਆਪਣੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਜਿਹੜਾ ਰੋਪੜ ਦੇ ਹਿੱਸੇ ਜੁੜ ਚੁੱਕਿਆ ਚੱਲ ਵੀ ਬੰਦੀਆਂ ਪਾਪ ਰਗਲੀ ਕਬੱਡੀ ਲੱਖੇ ਮੈਦਾਨ ਦੇ ਵਿੱਚ ਇਸ ਵੇਲੇ ਬੰਦੀ ਨੇ ਅਗਲੀ ਕਬੱਡੀ ਪਾ ਦਿੱਤੀ ਹੈ ਕਿ ਕਬੱਡੀ ਨਾਲ ਪੰਜਾਬੀਆਂ ਇਸ਼ਕ ਡਾਟਾ ਜਿਵੇਂ ਮੱਖਣ ਮੱਕੀ ਦੀ ਰੋਟੀਆਂ ਸਾਡਾ ਏ ਪੰਜਾਂ ਦਰਿਆਵਾਂ ਦੀ ਗੋਦ ਤੋਂ ਖੇਡ ਜਾਂਦੀ ਉਤਾਂ ਵਾਂਗੂ ਪੰਜਾਬੀ ਇਹਨੂੰ ਪਾਦਾ ਏ ਜਿੱਥੇ ਜਾਵੇ ਕਿ ਆਪਣੇ ਨਾਲ ਲੈ ਗਏ ਕਿਹਦਾ ਪੰਗੜਾ ਸ਼ੌਕ ਕਮਾਦਾ ਏ ਕਾਇਨੋ ਬਿੱਜ ਪਰਦੇ ਰਣਾ ਬੇੜਕ ਟਕਲਾ ਮੋਦੀ ਸਾਹਿਬ ਇੱਕ ਦੌਰ ਪੰਜਾਬ ਦਾ ਪੰਜਾਬ ਮਾਰਦਾ ਹੈ ਨਾਮ ਨਾਲ ਚਾਲੂ ਕਰਾ ਦਿਓ ਕਿਉਂਕਿ 70 ਕਿਲੋ ਦਾ ਆਪਾਂ ਜਿਹੜਾ ਫਾਈਨਲ ਕਰਕੇ ਉਹਦਾ ਪ੍ਰਾਈਸ ਡਿਸਟ੍ਰਿਬਿਊਸ਼ਨ ਵੀ ਹੋਣਾ ਹੀ ਕਰਨਾ ਹੈ ਕਿਉਂਕਿ 24 ਕਿਲੋ ਨਾਲ ਹੀ 6:30 ਵਜੇ ਪ੍ਰਾਈਸ ਡਿਸਟ੍ਰਿਬਿਊਸ਼ਨ ਹੋਊਗਾ ਤੇ ਉਹ ਪਹਿਲੇ ਪਹਿਲੇ ਸਾਰੇ ਕਰੋ ਉੱਥੇ ਹੀ ਅਸੀਂ ਜੈ ਦਲੋ ਧੰਨਵਾਦ ਕਰਦੇ ਨਹੀਂ ਰੀਸਾ ਕਹਿੰਦੇ ਮਾਮਲਾ ਸਖਤ ਹੈ ਮੁਕਾਬਲਾ ਸਖਤ ਹੈ ਇੱਕ ਪਾਸੇ ਓਮ ਪ੍ਰਕਾਸ਼ ਦੂਜੇ ਪਾਸੇ ਨਾਲੀਆਂ ਤਾਲੀਆਂ ਲਾ ਦਿਓ ਇਹ ਆਪਣੀ ਮਿਸ ਹੈਰੀ ਵਾਲੇ ਦਾ ਸੁਪੁੱਤਰ ਇਹ ਹੈ ਸ਼ੀਰੇ ਕਟਵਾਲ ਹੋਰਾਂ ਦਾ ਭਤੀਜਾ ਇਹ ਹੈ ਕੁੱਦੇ ਹੋਰਾਂ ਦਾ ਭਤੀਜਾ ਜਿਹਨੇ ਸ਼ਾਨਦਾਰ ਅੰਕੜਾ ਆਪਣੀ ਟੀਮ ਦੇ ਹਿੱਸੇ ਜੋੜਿਆ ਪਰ ਨਾਲ ਹੀ ਕਹਿੰਦੇ ਅਗਲੀ ਕਬੱਡੀ ਸੁਖੇ ਚਾਚਾ ਰੋਣਕੀ ਰਾਮ ਜੀ ਆ ਗਏ ਨੇ ਸਾਡੇ ਕੋਲ ਤੇ ਸਟੇਜ ਦੇ ਉੱਪਰ ਹੁਣ ਆਏ ਵੀ ਸ਼ਹੀਦ ਹੈ ਅੱਜ ਭਗਤ ਸਿੰਘ ਬਣ ਕੇ ਆ ਤੇ ਤਾਲੀਆਂ ਮਾਰਦੀ ਹੈ ਜੀ ਰੋਣਕੀਆਂ ਵਾਸਤੇ ਕਿਉਂਕਿ ਚਾਚਾ ਜੀ ਆਏ ਨੇ ਸਾਡੇ ਤਾਂ ਬਹੁਤ ਸਾਰਾ ਮਾਣ ਹੈ ਸਾਨੂੰ ਮਾਈਕ ਦਿਆਂ ਦਾ ਚਾਚਾ ਰੋਣਕੀਆਂ ਜੀ ਵਿਕਾਸ ਜੀ ਆ ਜਾਓ ਤੁਸੀਂ ਵੀ ਜੀ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਤੇ ਇਹ ਉਹ ਸਥਾਨ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਗੁਰਦੁਆਰਾ ਸਾਹਿਬ ਬਿਲਕੁਲ ਇਹਦੇ ਨਾਲ ਉਹ ਸਥਾਨ ਹੈ ਜਿਸ ਗਰਾਊਂਡ 'ਚ ਅਸੀਂ ਅੱਜ ਇਕੱਤਰ ਹਾਂ ਜ਼ਰਾ ਜ਼ੋਰਦਾਰ ਤਾੜੀਆਂ ਮਾਰ ਕੇ ਦੱਸੋ ਵੀ ਤੁਸੀਂ ਅੱਜ ਕਬੱਡੀ ਔਰ ਕੁਸ਼ਤੀਆਂ ਦੇ ਮੁਕਾਬਲੇ ਦਿਲੋਂ ਦੇਖਣ ਆਏ ਇਹ ਤਾੜੀਆਂ ਦੱਸਦੀਆਂ ਨੇ ਇਹ ਪੰਜਾਬੀ ਗੁਰੂ ਸਾਹਿਬ ਦੇ ਦੱਸੇ ਮਾਰਗ ਉੱਤੇ ਚੱਲਣਾ ਚਾਹੁੰਦੇ ਨੇ ਨਸ਼ਾ ਕਰਨੇ ਚਾਹੁੰਦੇ ਨੇ ਨਾਨਕ ਦੇ ਉਸ ਨਸ਼ੇ ਨੂੰ ਕਰਨਾ ਚਾਹੁੰਦੇ ਨੇ ਦਸਮ ਪਿਤਾ ਦੇ ਨਸ਼ੇ ਨੂੰ ਕਰਨਾ ਚਾਹੁੰਦੇ ਨੇ ਨਾ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਉਸੇ ਨਸ਼ੇ ਚ ਭੇਜਣਾ ਚਾਹੁੰਦੇ ਨੇ ਜਿਹੜੇ ਅਖੌਤੀ ਨਸ਼ੇ ਨੇ ਚਾਹੇ ਉਹ ਚਰਸ ਹੈ ਗਾਂਜਾ ਹੈ ਅਫੀਮ ਹੈ ਜਾਂ ਸਮੈਕ ਚੱਲਦੀ ਪਈ ਹੈ ਦੁਨੀਆਂ ਨੂੰ ਤਬਾਹ ਕਰ ਰਹੀ ਹੈ ਦੁਨੀਆਂ ਦੇ ਬਰਬਾਦ ਇਹਦਾ ਸ਼ਿਕਾਰ ਹੋ ਰਹੇ ਨੇ ਆਪਾਂ ਸਾਰਿਆਂ ਨੇ ਬਚਣਾ ਕਿਉਂਕਿ ਸਾਡੇ ਉੱਤੇ ਆਸ਼ੀਰਵਾਦ ਹੈ ਸਾਡੇ ਉੱਤੇ ਮਿਹਰਬਾਨੀ ਹੈ ਸਾਡੇ ਉੱਤੇ ਕਰਮ ਹੈ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਔਰ ਇੱਧਰ ਕਬੱਡੀ ਦਾ ਮੁਕਾਬਲਾ ਕੈਸਾ ਚੱਲ ਰਿਹਾ ਹੈ ਮੈਂ ਇੰਨਾ ਲੱਗਦਾ ਜਿੱਦਾਂ ਤੰਦੂਰ ਜਿਹੜਾ ਨਾ ਇਹ ਆਟੇ ਦੇ ਪੇੜੇ ਨੂੰ ਘੜੀ ਸੰਡਿਆ ਬੋਲੋ ਤੇਰੇ ਇਹਨਾਂ ਤੇਰਾ ਚਮਕਦਾ ਸਰੀਰ ਹੈ ਕਾਲੇ ਕੱਛੇ ਆਏ ਨੇ ਤੈਨੂੰ ਢਾਲਿਆ ਜੀ ਉਹਨੇ ਜਾਣ ਨਹੀਂ ਦਿੱਤਾ ਹੁਣ ਦੇਖਦਾ ਵੀ ਅਸਮਾਨ ਆਲੂ ਰੱਬਾ ਕਿੱਥੇ ਰਹਿ ਗਏ ਅਸੀਂ ਕੋਲ ਭਲੇ ਭਲੇ ਕਬੱਡੀ ਵੀ
माशाल्लाह चोटी भी खेल है और तालियां मारो जोरदार क्योंकि आनंदपुर साहब ए स्पोर्ट्स क्लब यूके वाले इन्होंने भी ताली जोरदार थोड़ी ताली होनी चाहिए फिर पता लगे तुम वाकई इधर पहलवान करतार सिंह पदम श्री जो रेसलिंग के नाल जुड़े ने और हिंदुस्तान में अज पूरी दुनिया च कायम कर रहे हैं हुणे हुणे लाल रंग का लोट उन्होंने मैनू भेजा तो मैं बहुत शुक्र गुजार हाँ ईश्वर उन्होंने गलों का रंग इदा का लाल रखे जिदा हजार का लोट होंगे इधर कुश्तियां के मुकाबले वखरे वखरे मुल्क तो आए थे कोई टर्की तो आया कोई पाकिस्तान तो यूक्रेन तो बल्गेरिया तो और इधर पंजाब के वखरे वखरे जिले तो कबड्डी के खिलाड़ी सो बलजीत सिंह जो इंग्लैंड तो तशरीफ लाए थे पूरा जत्था ये इंग्लैंडियों का मेरे नाल बैठा है और इन्हों सारे तो उत्ते मैं चेहरा देख रहा चरण देख रहा संत बलबीर सिंह सीचेवाल इस वक्त साढ़े इसे मंच से तुम खड़े हो कि सारे दर्शन दे रहे हो बाबा जी है सारे थोड़े चरणों से देख रहे क्योंकि आबो हवा तुम हिंदुस्तान से ठीक करना चाहते हो संत अवतार सिंह जी टिब्बी साहब वाले क्योंकि ये वो अवतार ने जो आम दुनिया का राह पदरा करते हैं जो जी का चज सिखाते हैं कई बार अवतार सिंह जी तुम भी खड़े होकर दर्शन दे रहे हो जरूर ये तालियां गूंज रही ने तो काका आज एक कबड्डी और कुश्ती देके लग रहा है कि सारे पंजाब के नशे का कोर खत्म होएगा क्योंकि पंजाब सरकार भी यही चाहती है वो तो सिर्फ चाहती है पर प्रैक्टिकली यह संत बाबे कर रहे हैं यह खिलाड़ी कर रहे हैं यह खेल संस्थाव कर रही ने जोरदार तालियां कर रही दोनों संस्थावान जो रेसलिंग और कबड्डी को जोड़ के चल रहे हैं अपनी जान मार दी क्या बात है उन्होंने सोच से है जी आज ताई और ये सारा आजाद माहौल सब सब ने खेड़ा ना मिल रहा है बिल्कुल काका जी हाँ जी वो दिन भी आएगा जब आजाद हम होंगे एक अली अली सदर उनके ताली मारने क्योंकि शहीद आजम भगत सिंह ने ये ना दिखाया देता है वो दिन भी आएगा जब आजाद हम होंगे ये अपने ही जमीन होगी ये अपना आसमान होगा शहीदों की किताबों पर लगेगी हर बरस मेरे वतन पे मिटने वालों का यही बाकी निशान होगा एक बैतारिया थोड़े ये मेला ये उन्होंने शहादत उस वक्त मेले ने एक गुरु साहब के जिन्होंने सरबंस धनी दसम पिता जनाब थोड़े लिए वो की कुछ करके गए अपना पूरा सरबंस वार के गए चारों साहेबाने वाले पिता माता अगो उन्होंने सारा परिवार थोड़े उत्ते समर्पित रहा और अपनी जाना वार दी है कितना बड़ा साडा ये गुरु साहब का साढ़े ते एहसान है एक बार उस एहसान ने अगे झुक के ताड़िया मार दिया सर क्या बात है तो काका हाँ जी मैं माहौल देख के देख रहा सी कई कुश्तियां और कबड्डी ये हुण साडियां बीबियां भैणां भी खेडण लग पईआं ये भी बड़े फखर वाली गल है क्योंकि ये भी गुरबाणी दे विच गुरु साहब ने उनका दर्जा दिता है औरतों ऊपरले मकाम ते लेके खड़ा किया है बिल्कुल जी ओके सोको मंदा आकी जित जमे राजान क्योंकि औरता हर खेतर में चके है चाहे वो कबड्डी कुश्ती तो इलावा और भी जिने मैच में देख रही है ना लो जी गुरदासपुर ते लुधियाना ये कबड्डी चल रही है ये टीमा जड़ी है अगला जरा मैच है उनका होना है गुरदासपुर ते हां लुधियाना क्या बात है दोनों दिया दिशावां बढ़िया वखरी वखरी ने पर इरादे दोनों दे कोई ने बिल्कुल अच्छा दादा बाकी कर तुसी कह रहे थे बीबियां भैणा भी कुछ नहीं खेलनियां ते इधर कबड्डी भी क्योंकि हर डिपार्टमेंट में हर महकमे में जो औरता आगे बढ़ करके हिस्सा ले रही है ना जी हो पंजाब का की एक महकमा नहीं रह गया जिथे औरत काम ना करती हो जी हां एक हर पासे औरत होता पुलिस के बीच आ गई है चौंका जी मैं कुड़िया देखा है सीढ़ियां मार के थर थर ए बैठे लड़ दिया के
अच्छा वो आदमी है ना चार छह एक्सीडेंट चौका जी बात ही तरह दी है अगे नहीं रोकी है वैसे तो कहने का मतलब कोई भी इधर का महकमा नहीं जिसे एक भी औरत काम ना आ रही हो साडे पंजाब का की हिंदुस्तान का कोई महकमा नहीं रह गया जिसे एक औरत भी काम ना कदी होते सब खाते कर दिया कहने पर इस गल का बिल्कुल सहमत नहीं पीछे जगह बैठे सारे मेहमान वो भी सहमत ही है एक महकमा ऐसा है जिसे एक भी औरत काम नहीं करती सवाल ही पैदा जब कोई महकमा ऐसा नहीं है रहने के बाहर वाले गुलशन साहब मेरे भाई बैठे ने मैं दस दा इधर बल्गेरिया दे लुक और हमजा ए टर्की दे ने तुर्की दे ने ये दोनों की कुश्ती चल रही है रेड कॉस्ट्यूम और नीले कॉस्ट्यूम के ताड़ियां मार रहे हो तुसी यार पहलवाना ले भी जोरदार ताड़ी हो जाए और इधर कबड्डी के टीम ने भी जोरदार ताड़ी मार दियो आपा फिर गला लालो लाल काटे जाने तुसी कह रहे थे ना कोई इधर का महकमा नहीं जिसे एक भी औरत काम ना करती हो मैं कह जी कोई महकमा नहीं हर थान पे औरत काम कर रही गलत गलत बिल्कुल गलत एक महकमा ऐसा है इतने एक भी औरत काम नहीं करती चाचा जी केड़ा ਉਹ ਮਹਿਕਮਾ ਜੀ ਫਾਇਰ ਬ੍ਰਿਗੇਡ ਦਾ ਅੱਗ ਬੁਝਾਉਣ ਵਾਲਾ ਮਹਿਕਮਾ ਉੱਥੇ ਇੱਕ ਵੀ ਔਰਤ ਕੰਮ ਨਹੀਂ ਕਰਦੀ ਕਹਤਾ ਇਸ ਮਹਿਕਮੇ ਵਿੱਚ ਔਰਤਾਂ ਨੂੰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਔਰਤਾਂ ਦਾ ਕੰਮ ਹੈ ਅੱਗ ਲਾਉਣਾ ਕੋਈ ਆਣਾ ਨਹੀਂ ਜਿਨ੍ਹਾਂ ਦੇ ਲੱਗੀ ਤਾੜੀਆਂ ਮਾਰਦੇ ਨੇ ਅੱਗ ਆਏ ਇਹਨਾਂ ਦੇ ਗਲੈਂਡ ਵਾਲੇ ਸਾਰੇ ਮਾਰਦੇ ਨੇ ਇੱਥੇ ਅਗਲਾ ਰਹੀ ਬੈਠੇ ਨੇ ਇੱਕ ਮਹਿਕਮਾ ਹੋਰ ਹੈ ਬੱਸਾਂ ਦੇ ਵੀ ਕੰਡਕਟਰ ਵੀ ਇਹਨੀ ਕੁੜੀਆਂ ਕੁੜੀਆਂ ਨੂੰ ਜੇ ਬਾਹਰ ਕੰਡਕਟਰ ਲਾ ਰਹੀ ਹੈ ਆਹੋ ਮਸਟਰਡਿਆਂ ਦੇ ਤੇ ਬਾਸੋਂ ਨਹੀਂ ਫਰੇ ਉਧਰ ਹੈ ਮੈਨੂੰ ਕਿਸੇ ਨੇ ਸਾਹ ਕੋ ਵੀਨੇ ਵੀ ਦਿੱਤੀ ਸੀ ਕਹਿੰਦਾ ਕਰਦਾ ਜੀ ਕਰਵਾ ਲੈ ਆਹੋ ਮੇਰਾ ਉਹ ਵੀ ਬੱਚਾ ਹੈ ਹਾਂ ਮੈਨੂੰ ਕਹਿੰਦਾ ਕਹਿੰਦਾ ਜੀ ਘੱਟੋ ਘੱਟ ਬੱਸਾਂ ਦੇ ਵਿੱਚ ਤੁਸੀਂ ਕਹਿੰਦੇ ਵੀ ਨਹੀਂ ਲੱਗ ਸਕਦੀਆਂ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਵੀ ਇਹ ਲੱਗ ਸਕਦੇ ਨਹੀਂ ਕੁੜੀਆਂ ਸੁਗਲੀ ਕਰਕੇ ਸੀ ਅੱਗ ਲੱਗਦੀ ਹੈ ਆਹੋ ਮੈਂ ਕਿਹਾ ਪਾਗਲਾ ਜੇ ਮੈਂ ਕੁੜੀਆਂ ਨੂੰ ਬੱਸਾਂ ਦੇ ਵਿੱਚ ਨੌਕਰੀ ਲਾ ਰਿਹਾ ਹਾਂ ਮੈਂ ਤਾਂ ਹੀ ਦੇਣਾ ਤੇ ਆ ਛੜਿਆਂ ਨੇ ਤੇ ਆਪਣੇ ਘਰ ਨੂੰ ਐਵੇਂ ਹੀ ਅੱਗ ਲਾਈ ਜਾਣੀ ਇਹ ਦੇਖਣਾ ਇਸੇ ਬਾਣੇ ਜਦੋਂ ਘੰਟੀਆਂ ਵੱਜਣਗੀਆਂ ਅੱਗ ਬੁਝਾਉਣ ਦੇ ਬਾਣੇ ਵਾਹ 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 ਇਹ ਕੰਮ ਹੀ ਨਹੀਂ ਆਪਾਂ ਕਰਨਾ ਕਾਕਾ ਦੇਖੋ ਜੀ ਇਧਰ ਕਬੱਡੀ ਦੀ ਟੀਮਾਂ ਦੇ ਵਾਸਤੇ ਪੂਰਾ ਜੋਸ਼ ਪੂਰਾ ਨਜ਼ਰ ਆਉਂਦਾ ਪਿਆ ਔਰ ਜਿੱਤਣ ਵਾਲੀ ਟੀਮ ਨੂੰ ਇਹ ਨੈਨੋ ਗਾਰਾ ਵੀ ਮਿਲਣੀ ਹੈ ਨਾ ਦੇਖੋ ਲਓ ਜੀ ਤਾਲੀਆਂ ਮਾਰੋ ਇਸ ਐਸੋਸੀਏਸ਼ਨ ਦੇ ਇਸ ਫੈਡਰੇਸ਼ਨ ਦੇ ਇਸ ਸੰਸਥਾ ਦੇ ਜਿੱਤਣ ਵਾਲੇ ਪਰਵਾਨਾ ਨੂੰ ਜਿਹੜੇ ਬੈਸਟ ਰੇਡਰ ਤੇ ਬੈਸਟ ਜਾਫੀ ਹੋਣਗੇ ਉਹਨਾਂ ਨੂੰ ਨੈਰੋ ਕਾਰ ਦੇਣੀ ਹਾਂਜੀ ਲਓ ਜੀ ਨੈਰੋ ਕਾਰ ਤੋਂ ਮੈਨੂੰ ਚੇਤੇ ਆ ਗਿਆ ਵੀ ਪਿੱਛੇ ਜਾਏ ਨਾ ਭਰਵਾ ਜੀ ਪਹਿਲਾਂ ਕਰਤਾਰ ਸਿੰਘ ਜੀ ਦੇ ਸਾਂਝੀ ਬੈਠੇ ਨੇ ਸੀਤੇ ਬਾਦ ਸਾਹਿਬ ਅਰੇ ਮੈਂ ਪਰ ਪੁੱਛ ਕੇ ਜਾਵੇ ਪਿੱਛੇ ਜਾਏ ਕਿਸੇ ਨੇ ਨੈਰੋ ਕਾਰ ਲੈ ਲਈ ਅਰੇ ਉਹ ਮੇਰੇ ਕੇ ਚੇਤਾ ਆ ਗਿਆ ਹਾਂ ਉਹ ਹਾਈਵੇ ਦੇ ਉੱਤੇ ਜਾ ਕੇ ਖਰਾਬ ਹੋ ਗਈ ਉਹ ਫਿਰ ਮੰਮੀ ਅੱਧੀ ਰਾਤ ਦਾ ਟਾਈਮ ਹਾਂ ਉਦੋਂ ਇੱਕ BMW ਗੱਡੀ ਵੱਡੀ ਆਈ ਕਿਸੇ NRI ਦੇ ਹਾਂ ਇੱਥੇ ਜਿੰਨੇ NRI ਬੈਠੇ ਆ ਕਿਸੇ ਕੋਲ BMW ਹੈ ਕਿਸੇ ਕੋਲ Chevrolet ਹੈ ਕਿਸੇ ਕੋਲ Mercedes ਹੈ ਅੱਛਾ ਉਹ ਜਿਹੜਾ ਹੀ ਅੱਗੇ ਕਰਕੇ ਨਿਕਲੀ ਨਾ ਉਹ BMW ਜ਼ੀਰੋ ਹਾਂ ਉਹ ਹੀ ਦੇਖਿਆ ਵੀ ਪਿੱਛੇ ਕੋਈ ਬਾਹਰ ਬਾਹਰ ਖੜਾ ਬੱਚੇ ਨਾਲ ਹੈ ਅੱਛਾ ਜ਼ੀਰੋ ਬੈਕ ਆ ਗਿਆ ਨੈਰੋ ਵਾਲੇ ਪਰਵਾਹ ਨੂੰ ਕਹਿੰਦਾ ਭਾਈ ਸਾਹਿਬ ਕੀ ਗੱਲ ਹੋ ਗਈ ਕਹਿੰਦਾ ਜੀ ਮੇਰੀ ਗੱਡੀ ਖਰਾਬ ਹੋ ਗਈ ਹੈ ਇਤੋਂ 20 ਕਿਲੋਮੀਟਰ ਤੱਕ ਕੋਈ ਰਾਹ ਦੇ ਵਿੱਚ ਦੁਕਾਨ ਨਹੀਂ ਲੱਭਦੀ ਸਾਨੂੰ ਕਹਿੰਦੇ ਮੈਂ ਤੇ ਅੰਮ੍ਰਿਤਸਰ ਜਾਣਾ ਹੈ ਚਲੋ ਬੈਠੋ ਕੋਈ ਗੱਲ ਨਹੀਂ ਤੁਹਾਨੂੰ ਐਦਾਂ ਕਰਦਾ ਪਿੱਛੇ ਟੋਲਜਲ ਲਾ ਦੇਣਾ ਮੇਰੇ ਕੋਲ ਇੱਕ ਲੋਹੇ ਦੀ ਤਾਰ ਦੀ ਰੱਸੀ ਜੀ ਪਈ ਆ ਉਹ ਬੰਨ ਦੇ ਅੱਛਾ ਉਹ ਬੰਨ ਕੇ ਤੁਰ ਪਿਆ ਉਧਰ ਕੇ ਆਇਆ ਅੱਛਾ ਜੀ ਤੇ ਇਧਰ ਕੁਸ਼ਤੀ ਮੈਂ ਅੱਗੇ ਗੱਲ ਹੋਣਾਗਾ ਯਰਜ਼ਾਨ ईरान दे और मिशा जेसेंको ये यूक्रेन दे दे रेड कॉस्ट्यूम और ब्लू कॉस्ट्यूम दे बीच ईरान और यूक्रेन दे खिलाड़ी कमाल है यार मैं तो पहले समझ आता थी ईरान दे बीच ये लोग का रंग साढ़े रंग काला जाई हो रहा है ते यूक्रेन ते तेन पता रशिया दे नाल पहले उधर दे पासे इलाके दा ठंडे इलाके ने तालियां मार दे जरा जोरदार क्या बात है ये मेहमान है ये मुड़े ने ਹੈ ਪਰ ਤਗੜੇ ਨੇ ਅਸੂ ਮੈਂ ਕਹਤਾ ਗੱਲ ਕਰ ਰਿਹਾ ਸੀ ਇਹਦਾ ਮੈਨੂੰ ਟੋਜਨ ਪਾ ਕੇ ਰਹਿ ਜਾਣਾ ਹਾਂ ਪਰ ਇੱਕ ਗੱਲ ਹੈ ਵੀ ਮੇਰੀ ਸਪੀਡ ਜਿਹੜੀ ਹੈ ਨਾ ਮੈਂ ਰੱਖੂਗਾ 60-70 ਤੇ ਅੱਛਾ ਜੇ ਮੇਰੇ ਕੋਲੋਂ ਕੋਈ ਗੱਡੀ ਤੇਜ਼ੀ ਨਾਲ ਨਿਕਲੇ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ BMW ਨੇ ਪੈਸਾ ਬੜਾ ਖਰਚਿਆ ਤੇ ਮੈਂ ਫਿਰ ਕਿੰਨੀ ਦੱਬਦਾ ਸਪੀਡ ਵੱਧ ਜਾਂਦੀ ਹੈ ਤੇ ਤੁਸੀਂ ਪਿੱਛੇ ਵੱਜੀ ਹੈ ਮੈਨੂੰ ਨਾ ਡਿੱਪਰ ਮਾਰ ਕੇ ਜਗਾ ਕੇ ਟਿਪ 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 ਲਾਈਟ ਜਗਾ ਕੇ ਨਾ ਇਸ਼ਾਰਾ ਕਰਦਾ ਨਾ ਫਿਰ ਮੈਨੂੰ ਸਮਝ ਆ ਜਾਂਦਾ ਕਿ ਤੁਸੀਂ ਬੰਦੇ ਆ ਨਾ ਹੌਲੀ ਕਰ ਲਓ ਹਾਂ ਠੀਕ ਹੈ ਮੈਂ ਆਪਣਾ ਝੱਸ ਜਿਹੜਾ ਰੋਕ ਲਓ ਅੱਛਾ ਇਦਾਂ ਹੀ ਹੋਇਆ ਜੀ ਗੱਡੀ ਲੈ ਕੇ ਜਿੱਦਾਂ ਹੀ BMW ਨਾਲ ਬੱਜੀ ਦੁਰੀ ਗਈ ਹਾਂ ਕਹਿੰਦਾ ਤਾਂ 15-20 ਕਿਲੋਮੀਟਰ 60-70 ਤੇ ਗਿਆ ਅੱਛਾ ਉਹਦੇ ਨੈਨੋ ਪਿੱਛੇ ਬੱਜੀ ਗਈ ਹਾਂ
ਜਦੋਂ ਜ਼ਿਆਦਾ ਪਿਆ ਤੇ ਇੱਕ ਸਪੋਰਟਸ ਗੱਡੀ ਆਈ जान दूसरे नंबर पे रहा है पंजाब पुलिस का विशाल सिंह। विशाल सिंह पंजाब पुलिस।